ਕਲਗੀਆਂ ਵਾਲੇ ਬਖਸ਼ਿਆ, ਹਾਂ ਕਲਗੀਆਂ ਵਾਲੇ ਬਖਸ਼ਿਆ, ਜਿਸ ਨੂੰ ਰੁਤਬਾ ਖਾਸ, ਇਹ ਕਲਾ ਕਵੀ ਸ਼੍ਰੀ ਜ਼ਿੰਦਗੀ ਦਾ ਇਤਿਹਾਸ, ਸੰਗਤ ਜ਼ਿੰਦਗੀ ਦਾ ਇਤਿਹਾਸ। ਲੱਖ ਕਵੀ ਸ਼ਰਾ ਹੋਏ ਜਿੱਤੜੇ, ਲੱਖ ਕਵੀ ਸ਼ਰਾ ਕਿਹਾ ਭਾਈ ਗੁਰਦਾਸ, ਜਿੰਦਾ ਰਹੂ ਕਵੀ ਸ਼੍ਰੀ, ਜਦ ਤੱਕ ਧਰਤੇ ਆਕਾਸ਼ ਜਾਗਦੇ, ਜਦ ਤੱਕ ਧਰਤੇ ਆਕਾਸ਼। ਇਸ ਕਵੀ ਸ਼੍ਰੀ ਕੌਂਸਲ ਦੀ ਸ਼ਲਾਘਾ ਕਰਦਾ ਹਾਂ ਤੇ ਇਹਨਾਂ ਦੇ ਹਿੰਮਤ ਦੀ ਮੈਂ ਦਾਤ ਦਿੰਦਾ ਹਾਂ ਤੇ ਅਰਦਾਸ ਕਰਦਾ ਹਾਂ ਸਤਿਗੁਰੂ ਇਹਨਾਂ ਦੀ ਸਦਾ ਚੜ੍ਹਦੀ ਕਲਾ ਰੱਖੇ ਤੇ ਕਵੀ ਸ਼੍ਰੀ ਦੀ ਚੜ੍ਹਦੀ ਕਲਾ ਰਹੇ, ਲੋਕ ਇਹਨਾਂ ਨਾਲ ਪਿਆਰ ਕਰਦੇ ਰਹਿਣ। ਕਵੀ ਸ਼੍ਰੀ ਨਾਲ ਪਿਆਰ ਕਰਨ ਵਾਲੇ ਸਰੋਤਿਓ, ਇੱਕ ਵਾਰੀ ਸਾਰੇ ਮੁੱਖ ਪਵਿੱਤਰ ਕਰੋ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਰਵਣ ਕੀਤਾ ਕਿ ਜ਼ਬਰਦਸਤ ਖਾਨ ਪਠਾਨ ਨੂੰ ਸਰਦਾਰ ਬਲਵੰਤ ਸਿੰਘ ਸਾਹਿਬ ਨੇ ਆਪਣੇ ਵੱਲ ਆਉਣ ਵਾਸਤੇ ਆਖਿਆ। ਜ਼ਬਰਦਸਤ ਖਾਨ ਪਠਾਨ ਬਾਬਾ ਬਲਵੰਤ ਸਿੰਘ ਸਾਹਿਬ ਦੇ ਸਾਹਮਣੇ ਆਇਆ, ਬਾਬਾ ਬਲਵੰਤ ਸਿੰਘ ਨੇ ਉਹਨੂੰ ਖਤਮ ਕੀਤਾ। ਉਹਦਾ ਭਰਾ ਰੁਸਤਮ ਖਾਨ ਗੁੱਸੇ ਵਿੱਚ ਆਇਆ, ਬਾਬੇ ਬਲਵੰਤ ਸਿੰਘ ਦੇ ਸਾਹਮਣੇ ਆਇਆ, ਬਾਬਾ ਜੀ ਨੇ ਚੱਕਰ ਨਾਲ ਉਹਦਾ ਵੀ ਸਿਰ ਲਾ ਦਿੱਤਾ। ਫਿਰ ਇਹ ਵੇਖੇ ਖੂਨੀ ਕਾਰੇ ਜਦੋਂ ਜਮਾਲ ਖਾਂ, ਉਦੋਂ ਵੇਖ ਨਾ ਗਏ ਸਹਾਰੇ, ਸਾਥੀ ਤੜਫਦੇ ਉਹ ਸਾਹਵੇਂ ਆ ਵਿਗਾਰੇ, ਬਾਬਾ ਸਾਹਿਬ ਨੂੰ ਉਦੋਂ ਲੱਖਾਂ ਕਹਿਰ ਗੁਜ਼ਾਰੇ, ਮੇਰੇ ਵੇਂਦਿਆਂ ਮੈਂ ਬਦਲੇ ਲੈ ਲਾਂ ਸਾਰੇ ਤੈਨੂੰ ਮਾਰ ਕੇ। ਜਦੋਂ ਜਮਾਲ ਖਾਨ ਨੇ ਬਾਬਾ ਦੀਪ ਸਿੰਘ ਸਾਹਿਬ ਨੂੰ ਵਿਗਾਰਿਆ, ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਖਿਆ, ਓਏ ਸ਼ੁਕਰੀਆ, ਤੂੰ ਜਾ ਕੇ ਸੁੱਖ ਲੈ, ਮੇਰੀ ਖੰਡੇ ਦਾ ਤੈਨੂੰ ਨਹੀਂ ਤੇ ਸਾਹਮਣਾ ਕਰਨਾ ਪਵੇਗਾ। ਬਾਬਾ ਦੀਪ ਸਿੰਘ ਸਾਹਿਬ ਜੀ ਔਰ ਜਮਾਲ ਖਾਨ ਜਿਵੇਂ ਰਣ ਤੱਤੇ ਵਿੱਚ ਆਪੋ ਵਿੱਚ ਤਲਵਾਰੀ ਜੁੱਟੇ, ਉਹਦਾ ਵੇਰਵਾ ਕਵੀ ਦੀ ਕਲਮ ਨੇ ਬਿਆਨ ਕੀਤਾ। ਸੁਖਜਿੰਦਰ ਸਿੰਘ ਨਿਹੰਗ ਸਿੰਘ ਦੇ ਸਾਥੀ ਸ਼ਮਸ਼ੇਰ ਸਿੰਘ ਠੀਕਰੀਵਾਲ, ਵੀਰ ਸਿੰਘ ਵਾਰਸ, ਚੀਮਾ ਖੁੱਡੀ ਵਾਲਿਆਂ ਦਾ ਜਥਾ ਇਹਨਾਂ ਅੱਖਰਾਂ ਨਾਲ ਐਂ ਬੇਨਤੀ ਕਰਦਾ ਹੈ। ਜੁਹਾਰ ਜੁਹਾਰ ਜਮਾਲ ਖਾਂ, ਇਹ ਮਾਰੀ ਲਲਕਾਰ, ਬਲ ਬੇਸ਼ਤਾ ਸਿੰਘ ਜੀ ਹੋਰ ਤੁਰਤ ਤਿਆਰ, ਗਾਜੀ ਮਰੇ ਦਾ ਪਾ ਦਿਆਂ ਮੈਂ ਮੁੱਲ, ਸਿੱਖੀ ਖਿੜੀ ਬਹਾਰ ਤੇ ਜਾਊ ਹਨੇਰੀ ਝੁੱਲ, ਆਰੀ ਪਕਾਰ ਦਾ ਵਧਿਆ ਬਾਬੇ ਵੱਲ, ਕਹਿੰਦਾ ਤੇਰਾ ਸਿੰਘ ਜੀ ਮੁੱਕ ਗਿਆ ਅਨਜਲ, ਖਾਇਓ ਦੀਆਂ ਮਗਦੀਆਂ ਜੋ ਅਗਦੇ ਅੰਗਿਆਰ, ਵਧਿਆ ਅੱਗੇ ਵਾਰ ਲਈ ਖਾਨ ਬੜਾ ਹੁਸ਼ਿਆਰ, ਮੁੜ ਕੋ ਮੁੜ ਕੀ ਹੋ ਗਿਆ ਖਾਨ ਗੁੱਸੇ ਦੇ ਨਾਲ, ਆਖੇ ਬਾਬਾ ਸਾਹਿਬ ਜੀ ਤੁਰੇ ਬੁਲਾਉਂਦਾ ਕਾਲ, ਦਿਲ ਵਿੱਚ ਅਰਮਾਨ ਨਾ ਰਹਿ ਜਾਵੇ ਬੁੱਢਿਆ ਤੇਗ ਸੰਭਾਲ, ਪਲਾਂ ਚ ਮੇਰੀ ਤੇਗ ਦਾ ਲੱਗਾ ਲਹਿਣ ਜੰਗਾਲ, ਸੁਣੀ ਜਾ ਬਾਬੇ ਸਾਹਿਬ ਨੇ, ਸੁਣੀ ਜਾ ਬਾਬੇ ਸਾਹਿਬ ਨੇ ਖਾਨ ਬੋਲ ਰਾ ਕੂੜ, ਇਹਦਾ ਜਹਨਮ ਜਾਣ ਦਾ ਬਣਿਆ ਜਾਪੇ ਮੂੜ, ਸੂਰਜ ਚੜਦਾ ਜਿਸ ਤੇਰਾ ਇਉਂ ਭਖਦਾ ਸਰਦਾਰ, ਬਿਜਲੀ ਤੋਂ ਵੱਧ ਚਮਕਦੀ ਜੋਧੇ ਦੀ ਤਲਵਾਰ, ਗੁੱਡੀ ਚੜਦੀ ਉਹਨਾਂ ਦੀ ਪਈ, ਗੁੱਡੀ ਚੜਦੀ ਉਹਨਾਂ ਦੀ
ਭਲੇ ਜਨਰ ਸੱਚ ਧਰਮ ਜੋਦਰੀ ਸ਼ਮਾ ਦੇ ਜਾਣ ਪਤੰਗ ਮੱਚ ਡੋਲੇ ਫਰਕੇ ਸ਼ੇਰ ਦੇ ਉਹ ਪਏ ਮੱਥੇ ਤੇ ਵੱਟ ਡੋਲੇ ਫਰਕੇ ਸ਼ੇਰ ਦੇ ਪਏ ਮੱਥੇ ਤੇ ਵੱਟ ਤੇ ਇਥੋਂ ਖਾਨਾ ਸਿੰਘ ਦਾ ਰੋਮ ਨੀ ਹੋਣਾ ਕੱਟ ਅੱਗੇ ਅਹੰਕਾਰੀਆ ਅੱਗੇ ਅਹੰਕਾਰੀਆ ਫੋਕੀਆਂ ਫੜਾ ਨ ਮਾਰ ਖੰਡਾ ਤੇਰੇ ਜਿਸਮ ਚੋਂ ਨਿਕਲ ਜਾਵੇਗਾ ਪਾਰ ਤੇਰਾ ਹਜ਼ਰਤ ਅਲੀ ਹੈ ਮੇਰਾ ਦਸਵਾਂ ਪੀਰ ਦਿਲ ਵਿੱਚ ਰਹੇ ਅਰਮਾਨ ਨਾ ਕਰ ਲੈ ਵਾਰ ਅਖੀਰ ਦਲਾਰੇ ਸੂਰਮੇ ਲਾਗੇ ਲਾਗੇ ਆਣਾ ਅੱਖ ਬਚਾ ਕੇ ਢੰਗ ਨਾ ਲੱਗੇ ਵਾਰ ਚਲਾਣ ਉਹ ਮਖੜੀ ਪਲੇ ਸਰੀਰ ਦੇ ਉਹ ਲੱਗੇ ਨਿਕਲਣ ਵੱਟ ਮਖੜੀ ਪਲੇ ਸਰੀਰ ਦੇ ਲੱਗੇ ਨਿਕਲਣ ਵੱਟ ਪੈਂਦੀ ਉੱਪਰ ਢਾਲ ਦੇ ਵਾਂਗ ਬਦਾਨਾ ਸੱਟ ਗੁੱਸਾ ਲੈ ਲੈ ਸੂਰਮੇ ਉਹ ਇੱਕ ਦੂਜੇ ਨੂੰ ਪੈਣਾ ਗੁੱਸਾ ਲੈ ਲੈ ਸੂਰਮੇ ਇੱਕ ਦੂਜੇ ਨੂੰ ਪੈਣਾ ਇੱਕ ਦੂਜੇ ਦੇ ਵਾਰ ਨੂੰ ਮਰਦਾ ਵਾਂਗ ਰਸੈਣ ਵੇਦਿਆ ਵੇਦਿਆ ਜੋਗੀਆ ਹੋ ਗਏ ਲਹੂ ਲਹਾਨ ਡਿੱਗ ਪਏ ਸਾਂਝੇ ਵਾਰ ਨਾ ਦੋਵਾਂ ਪਾਸਿਆਂ ਦੇ ਜਵਾਨ ਇਸ ਘਮਸਾਨ ਦੇ ਯੁੱਧ ਵਿੱਚ ਦੋਵੇਂ ਸੂਰਮੇ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦਾ ਸੀਸ ਲੱਥ ਕੇ ਧਰਤੀ ਉੱਤੇ ਡਿੱਗਾ ਜਮਾਲ ਖਾਨ ਵੀ ਵਾਰ ਨਾਲ ਮਾਰਿਆ ਗਿਆ ਇਸ ਢੰਗ ਨਾਲ ਇਹ ਦੋਵੇਂ ਸੂਰਮੇ ਸਦਾ ਵਾਸਤੇ ਇਸ ਸੰਸਾਰ ਨੂੰ ਛੱਡ ਗਏ ਦੋਵੇਂ ਸੂਰਮੇ ਆਪਸ ਵਿੱਚ ਲੜ ਰਹੇ ਸਨ ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖਰਾ ਹੋ ਗਿਆ ਤੇ ਜਮਾਲ ਖਾਨ ਵੀ ਧਰਤੀ ਉੱਤੇ ਡਿੱਗਾ ਅੱਗੇ ਕੀ ਹੋਇਆ ਕੱਲ ਨੂੰ ਫਿਰ ਬਿਆਨ ਕਰਾਂਗੇ।